ਜਿਹੜਾ ਆਹ ਸਿਗਨਲ ਆ, ਜਿਹੜਾ ਮੈਂ ਪਹਿਲਾ ਸਿਗਨਲ ਪਾਇਆ ਸੀਗਾ ਕਿਊ ਕਿਊ ਈ ਵਾਲਾ, ਅਤੇ ਜਿਹੜਾ ਆਹ ਟ੍ਰੈਂਡਿੰਗ ਸਿਗਨਲ ਹੈ, ਟ੍ਰੈਂਡਿੰਗ ਕਿਊ ਕਿਊ ਈ ਅਤੇ ਟ੍ਰੈਂਡਿੰਗ ਸਿਗਨਲ ਦੇ ਵਿੱਚ ਇਹ ਆ ਕਿ ਜਿਹੜਾ ਕਿਊ ਕਿਊ ਈ ਸਿਗਨਲ ਆ ਉਹ ਤੁਹਾਨੂੰ ਸ਼ੋਰਟ ਟਰਮ ਦੇ ਉੱਤੇ ਸਾਰੇ ਸਿਗਨਲਸ ਦਿੰਦਾ ਹੈ, ਜਿਹੜਾ ਟ੍ਰੈਂਡਿੰਗ ਆ ਉਹ ਜਿਹੜਾ ਆ ਤੁਹਾਨੂੰ ਲੌਂਗ ਟਰਮ ਦੇ ਵਿੱਚ ਗੇਮ ਪਲਾਨ ਦੱਸਦਾ ਕਿ ਲੌਂਗ ਟਰਮ ਜਿਹੜਾ ਸਿਗਨਲ ਆ, ਜਿਹੜੇ ਲੋਕਾਂ ਨੂੰ ਆਦਤ ਆ ਕਿ ਅਸੀਂ ਰੋਜ਼ ਨਹੀਂ ਟ੍ਰੇਡਿੰਗ ਕਰਨੀ ਜਾਂ ਅਸੀਂ ਲੌਂਗ ਟਰਮ ਟ੍ਰੇਡਿੰਗ ਕਰਨੀ ਆ, ਸੋ ਉਹ ਉਹਨਾਂ ਲਈ ਬੈਨੀਫੀਸ਼ੀਅਲ ਆ। ਸੋ ਜਿਹੜਾ ਦੂਜਾ ਸਿਗਨਲ ਆ ਉਹਨੂੰ ਕਿੱਦਾਂ ਔਨ ਕਰਨਾ ਆ, ਸੇਮ ਟ੍ਰੇਡਿੰਗ ਵਿਊ ਤੇ ਜਾਣਾ, ਤੁਸੀਂ ਕੋਈ ਵੀ ਆਪਣੀ ਪਿੱਕ ਕਰ ਲਓ, ਜਿਹੜੀ ਵੀ ਤੁਸੀਂ ਟ੍ਰੇਡਿੰਗ ਦੀ ਸਪੈਸ਼ਲ ਸੇ ਲਾਈਕ GBP USD ਜਾਂ ਗੋਲਡ ਹੀ ਚਲੋ ਆਪਾਂ ਪਿੱਕ ਕਰਦੇ ਹਾਂ। ਸੋ ਜਦੋਂ ਗੋਲਡ ਔਨ ਹੋ ਗਿਆ ਰਾਈਟ, ਐਂਡ ਦੈਨ ਜੀ ਤੁਹਾਨੂੰ ਜਾਣਾ ਪੈਣਾ ਆ ਐਡਵਾਂਸ, ਸੀ ਮੋਰ ਔਨ ਐਡਵਾਂਸ ਵਿਊ ਚਾਰਟ। ਹੁਣ ਆਹ ਤਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿਊ ਕਿਊ ਈ ਸਿਗਨਲ ਆ, ਠੀਕ ਹੈ। ਆਹ ਦੇਖੋ, ਆਹ ਸ਼ੋਰਟ ਟਰਮ ਦੇ ਉੱਤੇ ਦੋ ਲਾਸਟ 2-3 ਦਿਨ ਦੇ ਵਿੱਚ ਜਿਹੜੇ ਸਿਗਨਲ ਆਏ ਆ ਸ਼ੋਰਟ ਟਰਮ ਦੇ ਵਿੱਚ, ਸੋ ਬਾਏ ਐਂਡ ਸੈਲ, ਬਾਏ ਐਂਡ ਸੈਲ, ਠੀਕ ਹੈ। ਸੋ ਮੈਂ ਹੁਣ ਤੁਹਾਨੂੰ ਦੂਜੇ ਤੁਹਾਨੂੰ ਸੋ ਇਹਨੂੰ ਰਿਮੂਵ ਕਿੱਦਾਂ ਕਰਦਾ ਸਿਗਨਲ, ਰਾਈਟ ਕਲਿੱਕ, ਰਿਮੂਵ ਇੰਡੀਕੇਟਰਸ। ਹੁਣ ਚਾਰਟ ਪੱਧਰਾ ਹੋ ਗਿਆ, ਦੈਨ ਅਗੇਨ ਇੰਡੀਕੇਟਰਸ ਜਾਣਾ, ਐਂਡ ਦੈਨ ਫੇਵਰੇਟ ਆ, ਮੈਂ ਆਪਣੇ ਉਹ ਦੋਨੇ ਫੇਵਰੇਟ ਦੇ ਵਿੱਚ ਕੀਤੇ ਹੋਇਆ ਸੁਪਰ ਟ੍ਰੈਂਡ 'ਤੇ ਕਲਿੱਕ ਕਰਨਾ, ਐਂਡ ਇਹਨੂੰ ਬੰਦ ਕਰ ਦੇਣਾ ਇੱਥੋਂ। ਦੈਟਸ ਅ ਸੁਪਰ ਟ੍ਰੈਂਡ, ਠੀਕ ਹੈ। ਸੋ ਹੁਣ ਗੋਲਡ ਦੇ ਵਿੱਚ ਸੁਪਰ ਟ੍ਰੈਂਡ ਕੀ ਆ, ਸੋ ਇਟ ਸਟਕ ਬਿਟਵੀਨ ਬਾਏ ਐਂਡ ਸੈਲ। ਸੋ ਇਹਦਾ ਜਿਹੜਾ ਟ੍ਰੈਂਡ ਆ ਓਬਵੀਅਸਲੀ ਸੈਲਿੰਗ ਦਾ ਬਾਅਦ ਵਿੱਚ ਆਇਆ, ਸੋ ਹਾਲੇ ਵੀ ਇਹ ਸੈਲਿੰਗ ਹੀ ਹੈ, ਤਾਂ ਜਿਹੜਾ ਟ੍ਰੈਂਡ ਆ ਸੈਲਿੰਗ ਦਾ ਆ। ਸੋ ਤੁਸੀਂ ਸ਼ੋਰਟ ਟਰਮ ਦੇ ਵਿੱਚ ਪੈਸੇ ਬਣਾ ਸਕਦੇ, ਪਰ ਲੌਂਗ ਟਰਮ ਦੇ ਵਿੱਚ ਇਹਦਾ ਹਾਲੇ ਵੀ ਜਿਹੜਾ ਸੈਲਿੰਗ ਸਿਗਨਲ ਟ੍ਰਿਗਰ ਆ, ਸੋ ਦੈਟ ਮੀਨ ਇਹਦੀ ਜਿਹੜੀ ਸੈਲਿੰਗ ਆ ਹਾਲੇ ਲੌਂਗ ਟਰਮ ਰਹੇਗੀ, ਜਿੰਨਾ ਚਿਰ ਇਹਦੀ ਬਾਇੰਗ ਸਿਗਨਲ ਟ੍ਰਿਗਰ ਨਹੀਂ ਹੁੰਦਾ। ਇਹ ਜਿਹੜੇ ਇੰਡੀਕੇਟਰ ਹੁੰਦੇ ਆ ਇਹ ਬਹੁਤ ਟੈਕਨੀਕਲੀ ਬੇਸਡ ਹੁੰਦੇ ਆ, ਸੋ ਤੁਹਾਡੀ ਆਪਣੀ ਜਿੱਦਾਂ ਦੀ ਵੀ ਤੁਹਾਡੀ ਸਟ੍ਰੈਟਜੀ ਆ, ਤੁਸੀਂ ਕਿੱਦਾਂ ਦੇ ਇਨਵੈਸਟਰ ਹੋ, ਤੁਹਾਡੀ ਤੁਹਾਡੇ 'ਚ ਪੇਸ਼ੈਂਸ ਕਿੰਨਾ ਆ, ਤੁਸੀਂ ਇਹ ਸਿਗਨਲਸ ਦੇ ਨਾਲ ਥੋੜ੍ਹਾ ਤੁਹਾਨੂੰ ਹੈਲਪ ਮਿਲਦੀ ਆ। ਡੋਂਟ ਐਵਰ ਰਿਲਾਈ 100% ਔਨ ਦੀ ਸਿਗਨਲਸ, ਅਤੇ ਪਰ ਇਹਦੇ ਨਾਲ ਤੁਹਾਨੂੰ ਇਹ ਆ ਕਿ ਤੁਹਾਡੀ ਜਿਹੜੀ ਟ੍ਰੇਡਿੰਗ ਸਟ੍ਰੈਟਜੀ ਆ ਉਹਨੂੰ ਸ਼ੇਪ ਕਰਨ ਦੀ ਹੈਲਪ ਮਿਲਦੀ ਆ, ਅਤੇ ਇਹ ਫ੍ਰੀ ਆ ਸਿਗਨਲਸ। ਦਾ ਸਿੰਪਲ ਰੀਜ਼ਨ ਇਹ ਤੁਹਾਨੂੰ ਉਹਦੇ 'ਚ ਮਿਲੇਗਾ ਕਿ ਤੁਸੀਂ ਸਬਸਕ੍ਰਾਈਬ ਕਰੋ, 30 ਦਿਨ ਦੇ ਲਈ ਸਬਸਕ੍ਰਾਈਬ ਕਰ ਲਓ, 25 ਦਿਨ ਦਾ ਨੋਟਿਸ ਲਾ ਲਓ ਫੋਨ ਦੇ ਉੱਤੇ ਕਿ ਉਹ ਸਬਸਕ੍ਰਿਪਸ਼ਨ ਨੂੰ ਕੈਂਸਲ ਕਰਨਾ, ਅਤੇ ਹਾਲੇ ਵੀ ਫੇਰ ਵੀ ਤੁਹਾਨੂੰ 30 ਦਿਨ ਹੀ ਸਬਸਕ੍ਰਿਪਸ਼ਨ ਦੇ ਮਿਲੂਗੇ। 30 ਦਿਨ ਸਬਸਕ੍ਰਿਪਸ਼ਨ ਯੂਜ਼ ਕਰਕੇ ਫਿਰ ਕਿਸੇ ਹੋਰ ਦੀ ਈਮੇਲ ਯੂਜ਼ ਕਰਕੇ ਫਿਰ ਦੁਬਾਰਾ 30 ਦਿਨ ਕੱਢ ਲਓ, ਫਿਰ ਕਿਸੇ ਹੋਰ ਦੀ ਈਮੇਲ ਯੂਜ਼ ਕਰਕੇ ਫਿਰ ਦੁਬਾਰਾ 30 ਦਿਨ ਕੱਢ ਲਓ। ਸੋ ਮੇਰੇ ਖਿਆਲ ਨਾਲ ਅੱਜ ਕੱਲ੍ਹ ਈਮੇਲ ਬਣਾਉਣੀਆਂ ਕੋਈ ਨਹੀਂ ਔਖੀਆਂ ਨਹੀਂ, ਫ੍ਰੀ ਆ, ਜਿੰਨੀਆਂ ਮਰਜ਼ੀ ਈਮੇਲਾਂ ਬਣਾਈ ਜਾਓ ਅਤੇ ਜਿੰਨੇ ਮਰਜ਼ੀ ਟ੍ਰਾਇਲ ਪੀਰੀਅਡ ਚਲਾਈ ਜਾਓ, ਅਤੇ ਜਦੋਂ ਤੁਹਾਨੂੰ ਲੱਗ ਗਿਆ ਕਿ ਹੁਣ 4 ਪੈਸੇ ਬਣ ਲੱਗ ਪਏ ਆ, ਫਿਰ ਪੇਡ ਸਬਸਕ੍ਰਿਪਸ਼ਨ ਔਨ ਕਰ ਲਓ। ਇਹਦੇ 'ਚ ਬਹੁਤ ਵਧੀਆ ਵਧੀਆ ਆਪਸ਼ਨਸ ਨੇ ਅੱਗੇ ਜਾ ਕੇ ਜਿਹੜੇ ਵੱਡੇ ਪੇਡ ਅਕਾਊਂਟਸ ਹੁੰਦੇ ਆ। ਸੋ ਆਈ ਹੋਪ ਇਹ ਇਨਫੋਰਮੇਸ਼ਨ ਤੁਹਾਡੀ ਹੈਲਪ ਕਰੂਗੀ। ਸੋ ਟੇਕ ਐਡਵਾਂਟੇਜ ਐਸ ਮਚ ਐਸ ਪੋਸੀਬਲ, ਰੀਅਲੀ ਥੈਂਕ ਯੂ।